ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ 'ਤੇ। ਅੱਜ ਆਪਾਂ ਬਣਾਵਾਂਗੇ ਜੀ ਮਾਲ ਪੂੜੇ। ਇਹਦੇ ਲਈ ਆਪਾਂ ਇਹ ਲਈ ਹੈ ਜੀ ਪੌਣੀ ਕੌਲੀ ਸ਼ੱਕਰ ਦੀ, ਪੌਣੀ ਕੌਲੀ। ਇਹਦੇ ਵਿੱਚ ਪਾ ਦਾਂਗੇ ਜੀ ਪਾਣੀ ਦੀ, ਘੱਟ ਵੱਧ ਪਾਣੀ ਆਪਾਂ ਬਾਅਦ ਦੇ ਵਿੱਚ ਫਿਰ ਪਾ ਲਾਂਗੇ ਆਟੇ 'ਚ। ਅਤੇ ਦੋ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੀ ਇਲਾਇਚੀਆਂ। ਅੱਧਾ ਚਮਚਾ ਪਾ ਰਹੀ ਹਾਂ ਜੀ ਸੌਂਫ, ਇਹਨੂੰ ਆਪਾਂ ਉਬਾਲ ਲਾਂਗੇ ਜੀ, ਨਾਲੇ ਤਾਂ ਸ਼ੱਕਰ ਖੁਰਜੂ ਚੰਗੀ ਤਰ੍ਹਾਂ, ਨਾਲੇ ਸੌਂਫ ਅਤੇ ਇਲਾਇਚੀ ਦਾ ਫਲੇਵਰ ਆ ਜੂਗਾ ਇਹਦੇ ਵਿੱਚ। ਆਪਾਂ ਇਹ ਚੀਜ਼ਾਂ ਆਟੇ ਦੇ ਵਿੱਚ ਨਹੀਂ ਪਾਉਂਦੇ ਜੀ। ਇਹ ਰਿੱਝਣ ਲੱਗ ਗਿਆ ਜੀ, 1 ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ, ਇਲਾਇਚੀ ਅਤੇ ਸੌਂਫ ਦਾ ਫਲੇਵਰ ਆਜੂ ਇਹਦੇ ਵਿੱਚ ਵਧੀਆ। ਮੈਂ ਸ਼ੱਕਰ ਪਾਈ ਹੈ ਜੀ, ਜੇ ਤੁਸੀਂ ਗੁੜ ਪਾਇਆ ਤਾਂ ਪਾਣੀ ਥੋੜ੍ਹਾ ਜਿਹਾ ਹੋਰ ਪਾ ਲਿਓ, ਗੁੜ ਨੂੰ ਘੁਲਣ ਨੂੰ ਟਾਈਮ ਲੱਗਦਾ ਜੀ, ਇਹ ਸ਼ੱਕਰ ਛੇਤੀ ਘੁਲ ਜਾਂਦੀ ਆਪਣੀ। ਸ਼ੱਕਰ ਘੁਲ ਗਈ ਜੀ, ਹੁਣ ਆਪਾਂ ਗੈਸ ਬੰਦ ਕਰ ਦਾਂਗੇ ਅਤੇ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਆਪਾਂ। ਇੱਕ ਕੌਲੀ ਹੈ ਜੀ ਆਟੇ ਦੀ, ਅਤੇ ਥੋੜ੍ਹਾ ਜਿਹਾ ਆਪਾਂ ਹੋਰ ਪਾਵਾਂਗੇ, 1.25 ਕੌਲੀ ਪਾਵਾਂਗੇ। ਪੌਣੀ ਕੌਲੀ ਆਪਾਂ ਸ਼ੱਕਰ ਦੀ ਪਾਈ ਸੀ, 1.25 ਕੌਲੀ ਆਟੇ ਦੀ ਪਾਵਾਂਗੇ। ਇਹ ਥੋੜ੍ਹਾ ਜਿਹਾ ਹੋਰ ਲਿਆ ਜੀ, 1.25 ਕੌਲੀ ਹੋ ਗਈ ਇਹ। ਇਹ ਸ਼ੱਕਰ ਵਾਲਾ ਪਾਣੀ ਆਪਣਾ ਠੰਡਾ ਹੋ ਗਿਆ ਜੀ, ਹੁਣ ਇਹਨੂੰ ਇਹਦੇ ਵਿੱਚ ਪਾ ਲਾਂਗੇ ਆਪਾਂ। ਪਹਿਲਾਂ ਇਹਨੂੰ ਇਹਦੇ ਨਾਲ ਘੋਲ ਲਾਂਗੇ ਆਪਾਂ, ਜੇ ਜ਼ਰੂਰਤ ਹੋਈ ਤਾਂ ਸਿੰਪਲ ਪਾਣੀ ਪਾ ਲਾਂਗੇ। ਚੰਗੀ ਤਰ੍ਹਾਂ ਘੋਲ ਲਾਂਗੇ ਜੀ, ਗੱਠਾ ਨਾ ਬਣਨ ਇਹਦੇ ਵਿੱਚ। ਪਾਣੀ ਆਪਾਂ ਹੋਰ ਪਾਉਂਦੇ ਹਾਂ, ਇਹ ਘੋਲ ਆਪਣਾ ਹੋ ਗਿਆ ਜੀ ਤਿਆਰ। ਇੰਨਾ ਕੁ ਪਤਲਾ ਰੱਖਿਆ ਆਪਾਂ, ਅਤੇ ਹੁਣ ਇਹਨੂੰ ਆਪਾਂ ਢੱਕ ਕੇ 10 ਮਿੰਟ ਲਈ, 10 ਤੋਂ 15 ਮਿੰਟਾਂ ਲਈ ਰੈਸਟ ਲਈ ਰੱਖ ਦਾਂਗੇ। ਇਹ ਆਪਾਂ ਸਿੰਪਲ ਕਣਕ ਦਾ ਆਟਾ ਲਿਆ ਜੀ, ਕੋਈ ਇਹਦੇ ਵਿੱਚ ਸੂਜੀ ਨਹੀਂ ਪਾਈ, ਨਾ ਹੀ ਮੈਦਾ ਪਾਇਆ ਆਪਾਂ, ਇਕੱਲੇ ਕਣਕ ਦੇ ਆਟੇ ਦੀ ਬਣਾ ਕੇ ਤਿਆਰ ਕਰਾਂਗੇ। 15 ਮਿੰਟ ਹੋ ਗਏ ਜੀ ਇਹਨੂੰ, ਦੇਖੋ ਕੋਈ ਵੀ ਗੱਠ ਨਹੀਂ ਹੈਗੀ ਇਹਦੇ ਵਿੱਚ, ਅਤੇ ਇੰਨਾ ਕੁ ਪਤਲਾ ਰੱਖਿਆ ਆਪਾਂ। ਉੱਧਰ ਤੇਲ ਆਪਣਾ ਗਰਮ ਹੋ ਗਿਆ, ਇਹਦੇ ਵਿੱਚ ਪਾਉਂਦੇ ਹਾਂ ਜੀ ਹੁਣ ਆਪਾਂ ਪਹਿਲਾਂ ਕਈ ਵਾਰੀ ਸੈੱਟ ਨਹੀਂ ਬਣਦਾ ਜੀ, ਦੂਸਰਾ ਆਪ ਹੀ ਬਣ ਜਾਣਾ। ਜਿੰਨੇ ਕੁ ਸਾਈਜ਼ ਦੇ ਤੁਸੀਂ ਵੱਡੇ ਛੋਟੇ ਬਣਾਉਣੇ ਨੇ ਉਸ ਹਿਸਾਬ ਨਾਲ ਪਾ ਲਿਓ। ਉੱਪਰ ਉੱਠ ਖੜਿਆ ਜੀ, ਹੁਣ ਆਪਾਂ ਇਹਦਾ ਪਾਸਾ ਬਦਲ ਦਾਂਗੇ। ਜੇ ਇੱਥੇ ਤੁਹਾਨੂੰ ਮਟੀਰੀਅਲ ਆਪਣਾ ਗਾੜਾ ਲੱਗੇ ਜੀ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਤੁਸੀਂ ਹੋਰ ਪਾ ਲਿਓ, ਜੇ ਪਤਲਾ ਹੋ ਗਿਆ ਤਾਂ ਥੋੜ੍ਹਾ ਜਿਹਾ ਆਟਾ ਪਾ ਲਿਓ। ਇਹ ਬਣ ਕੇ ਤਿਆਰ ਹੈ ਜੀ, ਹੁਣ ਇਹਨੂੰ ਆਪਾਂ ਬਾਹਰ ਕੱਢ ਲੈਂਦੇ ਹਾਂ, ਦੇਖੋ ਕਿੰਨਾ ਵਧੀਆ ਬਣਿਆ।
तेल अपना वधिया गर्म चाहिए जी। एक जगह पर ही पा देना जी ये अपने आप उपर आ रहा जी। देखो तेल आप ज़्यादा नहीं पाना जी कढ़ाई च, थोड़ा ही रखना है। इनू भी आप बाहर कढ़ लें जी। सारे आप इस तरह बना लें। सावण का महीना चल रहा है जी अपने पंजाबियों का, इस करके आप पूड़े बनाए ने। लो जी पूड़े बन के अपने हो गए ने जी तैयार, बहुत ही स्वाद बने ने। तो कोई चासनी बनाने की लोड़ नहीं जी, अलग तो सिंपल तरीके बन जाते हैं ये। जे वीडियो वधिया लगी तो लाइक कमेंट तो शेयर जरूर करियो जी। जे चैनल पर पहली बार आए हो तो चैनल सबसक्राइब जरूर करना जी।